ਜੰਡਿਆਲਾ ਗੁਰੂ ਨੇੜੇ ਵਾਪਰਿਆ ਦਰਦਨਾਕ ਹਾਦਸਾ। ਟਰੱਕ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ। ਮਾਂ ਪੁੱਤ ਦੀ ਹੋਈ ਮੌਤ, ਪੋਤਾ ਗੰਭੀਰ ਜ਼ਖਮੀ। ਅੰਮ੍ਰਿਤਸਰ ਦੇ ਕਸਬਾ ਜੰਡਿਆਲਾ ਗੁਰੂ ਨੇੜੇ ਪੈਂਦੇ ਭਗਵਾਂ ਗਹਿਰੀ ਮੰਡੀ ਰੇਲਵੇ ਫਾਟਕ ਦੇ ਨਜ਼ਦੀਕ ਅੱਜ ਟਰੱਕ ਅਤੇ ਮੋਟਰਸਾਈਕਲ ਵਿਚਾਲੇ ਭਿਆਨਕ ਸੜਕ ਹਾਦਸਾ ਪਕੜ ਗਿਆ। ਇਹ ਭਿਆਨਕ ਸੜਕ ਹਾਦਸੇ 'ਚ ਮਾਂ ਪੁੱਤ ਦੀ ਮੌਤ ਹੋ ਗਈ। ਹਾਦਸੇ ਦੌਰਾਨ ਪੋਤਾ ਵੀ ਗੰਭੀਰ ਜ਼ਖਮੀ ਹੋਇਆ। ਗੰਭੀਰ ਹਾਲ 'ਚ ਜ਼ਖਮੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਭੇਜਿਆ ਗਿਆ ਹੈ। ਪੁਲਿਸ ਅਧਿਕਾਰੀ ASI ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਟਰੱਕ ਅਤੇ ਮੋਟਰਸਾਈਕਲ ਦਰਮਿਆਨ ਭਿਆਨਕ ਟੱਕਰ ਹੋ ਗਈ, ਜਿਸ 'ਚ ਬਾਈਕ ਸਵਾਰ ਰਮਨ ਕੁਮਾਰ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਮਾਤਾ ਸੁਮਿਤਰਾ ਅਤੇ ਪੋਤਾ ਲਖਨ ਇਸ ਹਾਦਸੇ ਦੌਰਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ 108 ਐਂਬੂਲੈਂਸ ਰਾਹੀਂ ਅੰਮ੍ਰਿਤਸਰ ਭੇਜਿਆ ਗਿਆ ਸੀ। ਇਲਾਜ ਦੌਰਾਨ ਰਮਨ ਕੁਮਾਰ ਦੀ ਮਾਤਾ ਸੁਮਿਤਰਾ ਦੀ ਵੀ ਮੌਤ ਹੋ ਗਈ ਅਤੇ ਪੋਤੇ ਦਾ ਇਲਾਜ ਜਾਰੀ ਹੈ। ਇਹ ਜਿਹੜਾ ਗਹਿਰੀ ਮੰਡੀ ਫਾਟਕ ਦੇ ਉੱਤੇ ਐਕਸੀਡੈਂਟ ਹੋਇਆ ਵਾ ਵੀਰ ਜੀ, ਤੁਹਾਡੇ ਕੀ ਲੱਗਦੇ ਨੇ? ਤਾਏ ਦਾ ਮੁੰਡਾ ਹੈ ਮੇਰੇ, ਸਰਕਾਰੀ ਨੌਕਰੀ ਕਰਦਾ ਅੰਬਰਸਰ ਵਿੱਚ। ਤੇ ਕੀ ਕੰਮ ਕਰਦੇ ਨੇ? ਸਰਕਾਰੀ ਨੌਕਰੀ ਕਰਦੇ। ਤੇ ਕਿੱਥੋਂ ਆ ਰਹੇ ਸੀ ਭਾਜੀ? ਇਹ ਪੈਲਸ 'ਚੋਂ ਆਉਂਦੇ ਸੋਈ ਫਾਰਮ 'ਚੋਂ। ਤੇ ਤੁਹਾਨੂੰ ਕਿਵੇਂ ਪਤਾ ਲੱਗਾ ਜੀ? ਸਾਨੂੰ ਉੱਥੇ ਕਿਸੇ ਨੇ ਦੱਸਿਆ ਇੱਦਾਂ ਤੁਹਾਡੇ ਵਰਗੇ ਨੇ ਤੇ ਤੁਹਾਡੇ ਵੱਡਾ ਦਾ ਮੁੰਡਾ ਤੇ ਤੁਹਾਡੇ ਇੱਦਾਂ ਸਿੱਖ ਜੀ। ਕਿਸ ਤਰ੍ਹਾਂ ਐਕਸੀਡੈਂਟ ਹੋਇਆ ਤੁਹਾਨੂੰ ਕੀ ਪਤਾ ਲੱਗਾ? ਸਾਨੂੰ ਪਤਾ ਨਹੀਂ ਲੱਗਾ, ਕਹਿੰਦੇ ਟਰੱਕ ਵੱਜ ਗਏ ਜੀ, ਐਕਸੀਡੈਂਟ ਹੋਇਆ ਅਤੇ ਮੋਟਰਸਾਈਕਲ ਕਾਲਾ ਆ ਅਤੇ ਜਨਾਨੀ ਨਾਲ ਇੱਕ ਨਿਆਣਾ ਆ, ਸਾਨੂੰ ਪਤਾ ਸੀ ਅਤੇ ਚਲੋ ਨਿਆਣਾ ਤੇ ਅਸੀਂ ਫਿਰ ਵੇਖਣਾ ਇਹ ਬਲਡਾ ਬਲਡ ਗਿਆ ਨਾ ਅਤੇ ਅਸੀਂ ਸਮਝੇ ਤਾਂ ਉਹ ਹੀ ਚੱਲ ਸਾਡੇ ਬੰਦੇ ਵੀ ਗਏ ਉੱਧਰ ਅਤੇ ਉਹ ਸਾਡੇ ਬੰਦੇ ਨਿਕਲੇ ਕੁੜੀ ਆ। ਤਾਏ ਦਾ ਮੁੰਡਾ ਮੇਰੇ ਦਾ ਏ। ਉਸ ਟਰੱਕ ਡਰਾਈਵਰ ਦਾ ਤੁਹਾਨੂੰ ਭਾਜੀ ਪਤਾ ਲੱਗਾ? ਨਹੀਂ ਭਾਜੀ। ਉਸ ਗੱਡੀ ਦਾ ਪਤਾ ਨਹੀਂ ਲੱਗਾ ਤੁਹਾਨੂੰ? ਨਹੀਂ ਭਾਜੀ। ਗੱਡੀ ਕਹਿੰਦੇ ਘੇਰੀ ਇੱਥੇ ਮੁੰਡਾ ਬੰਦਾ ਇੱਥੇ ਹੀ ਆ। ਤੁਸੀਂ ਕੀ ਮੰਗ ਕਰਦੇ ਜੀ? ਹਾਂਜੀ ਕੀ ਮੰਗ ਕਰਦੇ ਜੀ? ਕੀ ਮਤਲਬ? ਤੁਸੀਂ ਮਿਲਣੀ ਚਾਹੀਦੀ ਹੈ ਜੀ। ਹਾਂਜੀ ਸਜ਼ਾ ਮਿਲਣੀ ਚਾਹੀਦੀ ਉਹਨੂੰ ਪੂਰੀ, ਮਤਲਬ ਉਹਦੀ ਕੀ ਗਲਤੀ ਹੈ ਉਹਨੇ ਸਜ਼ਾ ਮਿਲਣੀ ਚਾਹੀਦੀ ਹੈ। ਅਤੇ ਉਹ ਜਿਹੜੇ ਇਹਨਾਂ ਦੇ ਨਾਲ ਕੌਣ ਕੌਣ ਸੀ? ਉਹ ਮੇਰੀ ਤਾਈ ਇੱਕ ਅਤੇ ਮੇਰੇ ਤਾਏ ਦਾ ਮੁੰਡਾ ਆ। ਤਾਈ ਦੀ ਕੀ ਕਿਸ ਹਾਲਤ ਵਿੱਚ ਨੇ? ਤਾਈ ਮੇਰੀ ਨਾਲ ਹੀ ਆਈ, ਇੰਨਾ ਨਹੀਂ ਮੈਨੂੰ ਪਤਾ, ਮੈਂ ਜੰਡਿਆਲੇ 'ਚ ਪਤਾ ਲੱਗਾ ਅਤੇ ਇੱਦਾਂ ਇੱਦਾਂ ਤੁਹਾਡੇ ਭਰਾ ਜੀ ਦੇ ਬੰਦੇ ਐਕਸੀਡੈਂਟ ਹੋ ਗਿਆ। ਬੱਚਾ ਜਿਹੜਾ ਕੋਈ ਛੋਟਾ ਛੋਟਾ ਦੱਸ ਰਹੇ ਨਾਲ? ਤਾਏ ਮੇਰੇ ਤਾਂ ਇਹ ਭਤੀਜਾ ਹੈ ਮੇਰਾ ਮੁੰਡਾ। ਬੱਚੇ ਦੀ ਉਮਰ ਕਿੰਨੀ ਸੀ ਜਿਹੜਾ ਨਾਲ ਹੈ? ਉਮਰ ਉਮਰ ਤਾਂ ਹੈਗੀ 7-8 ਸਾਲ ਉਮਰ ਹੋਣੀ, 5-7 ਸਾਲ। ਤਾਈ ਦੇ ਨਾਂ ਦਾ ਪਤਾ? ਹਾਂਜੀ ਸੁਮਿਤਰਾ। ਕੀ ਨਾਂ? ਸੁਮਿਤਰਾ। ਇਸ ਜਿਹੜੀ ਜਿਹਦੀ ਮ੍ਰਿਤਕ ਦੀ ਮੌਤ ਹੋਈ ਦਾ ਕੀ ਨਾਂ ਜੀ? ਇਹਦਾ ਨਾਂ ਰਮਨ। ਸਰ ਪਿੰਡ ਗਹਿਰੀ ਮੰਡੀ ਵਿਖੇ ਜਿਹੜਾ ਐਕਸੀਡੈਂਟ ਹੋਇਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਜੀ ਲੜਕਾ ਰਮਨ ਕੁਮਾਰ, ਇਹਨਾਂ ਦੀ ਮਦਰ ਸੁਮਿਤਰਾ ਅਤੇ ਬੇਟਾ ਲਖਨ ਜੀ, ਇਹ ਇੱਧਰੋਂ ਆਪਣੀ ਬਾਈਕ 'ਤੇ ਆ ਰਹੇ ਸੀਗੇ ਪਿੰਡ ਭੰਗਵਾਂ ਤੋਂ ਗਹਿਰੀ ਕਸਬੇ ਨੂੰ ਜਾ ਰਹੇ ਸੀ ਅਤੇ ਫਾਟਕ ਦੇ ਉੱਪਰ ਸਰ ਇੱਕ ਟਰੱਕ ਆਇਆ ਜੀ ਦੂਸਰੀ ਸਾਈਡ ਤੋਂ ਅਤੇ ਟਰੱਕ ਨਾਲ ਇਹਨਾਂ ਦੀ ਹਿੱਟ ਹੋਣ ਕਰਕੇ ਇਹ ਰਮਨ ਦੀ ਤੇ ਮੌਕੇ ਤੇ ਮੌਤ ਹੋ ਗਈ ਹੈ ਜੀ ਇਹਨਾਂ ਦੀ ਮਿਸਜ ਨੂੰ ਤੇ ਸੋਰੀ ਇਹਨਾਂ ਦੀ ਮਦਰ ਸੁਮਿਤਰਾ ਜੀ ਤੇ ਬੇਟਾ ਲਖਨ ਜੀ ਉਹ 108 ਜ਼ਰੀਏ ਸਰ ਗੁਰੂ ਨਾਨਕ ਹੋਸਪਿਟਲ ਇਲਾਜ ਦੀ ਭੇਜਦੇ ਆ ਜੀ, ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੰਡਿਆਲਾ ਗੁਰੂ ਤੋਂ ਰਾਮ ਸ਼ਰਨ ਸਿੰਘ ਦੀ ਰਿਪੋਰਟ।